अमृतपाल सिंह खालसा। आखिर अमृतपाल सिंह खालसा जदों जिहड़ी एक खबर बार बार नशर हो रही कि अमृतपाल सिंह खालसा नूं गिरफ्तार कर लिया गया है, एक वड्डी खबर जिहड़ी आ आउंदी रही, कल तो आउंदी रही सी कि अमृतपाल सिंह खालसा गिरफ्तार कर लिया गया, क्योंकि उन्हां दे 78 साथी नाल जिहड़े उह गिरफ्तार कर ले गए ने। ते उस तों बाद अमृतपाल सिंह खालसा दी इक होर खबर फिर नशर होंदी है, जिहड़े वार वार टीवी चैनल उत्ते दिखाया जांदा कि अमृतपाल सिंह खालसा गिरफ्तार नहीं होया, उह तां भंगोड़ा है, उह तां फरार है, ते बाद विच ਭੰਗੋੜਾ ਕਰਾਰ ਦਿੱਤਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ। ਅਖਤ ਅਸਲ ਦੇ ਵਿੱਚ ਸੱਚਾਈ ਕੀ ਹੈ, ਇਹ ਇੱਕ ਵੱਡਾ ਜਿਹੜਾ ਚਿੰਤਾ ਦਾ ਵਿਸ਼ਾ, ਸਵਾਲ ਵੀ ਹੈ ਵੱਡਾ ਕਿ ਸੱਚਾਈ ਕੀ ਹੈ, ਕਿਵੇਂ ਇੱਕ ਸ਼ਖਸ ਇਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਨਿਕਲ ਜਾਂਦਾ ਹੈ, ਜਦੋਂ 8 ਦੇ ਕਰੀਬ ਜਿਹੜੇ ਜ਼ਿਲ੍ਹਿਆਂ ਦੀ ਪੁਲਿਸ ਉਸਦਾ ਪਿੱਛਾ ਕਰ ਰਹੀ ਹੁੰਦੀ ਹੈ, ਕਿਵੇਂ ਉਹ ਨਿਕਲ ਜਾਂਦਾ ਹੈ ਉਹਨਾਂ ਦੀ ਗ੍ਰਿਫਤ ਦੇ ਵਿੱਚੋਂ, ਕਿਤੇ ਵੱਡਾ ਸਵਾਲ ਜਾਂ ਕਿਤੇ ਦਾਲ ਦੇ ਵਿੱਚ ਕੁਝ ਕਾਲਾ ਤਾਂ ਨਹੀਂ, ਅਜਿਹੇ ਜਿਹੜੀਆਂ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ, ਅਤੇ ਲੋਕਾਂ ਦਾ ਕਹਿਣਾ ਕਿਤੇ ਨਾ ਕਿਤੇ ਇਹ ਜਿਹੜਾ ਪਰਦਾ ਜ਼ਰੂਰ ਹੈ, ਇਸ ਪਿੱਛੇ ਪਰਦਾ ਚੁੱਕਿਆ ਜਾਣਾ, ਅਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਦੋਂ ਹੋ ਜਾਣਾ। ਇਹਦੇ ਇਸ ਸੰਬੰਧ ਦੇ ਵਿੱਚ ਜਿਹੜੀਆਂ ਚੀਜ਼ਾਂ ਆਪਾਂ ਜਿਹੜੀਆਂ ਖਾਸ ਕਰਕੇ ਦੇਖਦੇ ਰਹੇ ਕਿ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ, ਅੱਜ 12 ਵਜੇ ਤੱਕ ਦੀ ਗੱਲ ਸੀਗੀ, ਐਤਵਾਰ 12 ਵਜੇ ਤੱਕ ਦੀ ਗੱਲ ਸੀ, ਅਤੇ ਜਿਹੜੀ ਤਾਜ਼ਾ ਅਪਡੇਟ ਹੈ ਉਹ ਕਿਹਾ ਜਾ ਰਿਹਾ ਕਿ ਇਹ ਸੇਵਾਵਾਂ ਜਿਹੜੀਆਂ ਬੰਦ ਕੀਤੀਆਂ ਗਈਆਂ ਨੇ ਇੰਟਰਨੈਟ, ਸ਼ਾਇਦ ਕੱਲ੍ਹ ਤੱਕ, ਕੱਲ੍ਹ ਦੇ 12 ਵਜੇ ਤੱਕ ਜਿਹੜਾ ਬੰਦ ਦਾ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਗਿਆ ਹੈ। ਅਤੇ ਕੀ ਤਾਜ਼ਾ ਅਪਡੇਟ ਹੈ ਇਸ ਦੇ ਉੱਤੇ, ਆਪਾਂ ਤੁਹਾਨੂੰ ਪਲ ਪਲ ਦੀ ਖਬਰ ਫੈਕਟ ਨਿਊਜ਼ ਦੇ ਉੱਤੇ ਦਿਖਾਉਂਦੇ ਰਹਾਂਗੇ। ਅਤੇ ਇਸ ਦੇ ਵਿੱਚ ਆਪਾਂ ਇੱਕ ਗੱਲ ਕਰਾਂਗੇ, ਅਤੇ ਗੱਲ ਕਰਨ ਦੇ ਲਈ ਮੈਂ ਲਾਈਵ ਹੋਇਆ, ਆਪਾਂ ਕਿ ਗੱਲ ਕਰਾਂਗੇ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕੁਲਵੰਤ ਸਿੰਘ ਬਾਠ, ਉਹਨਾਂ ਦੇ ਨਾਲ ਆਪਾਂ ਫੋਨ ਲਾਈਨ 'ਤੇ ਗੱਲ ਕਰਾਂਗੇ ਉਹਨਾਂ ਨਾਲ, ਕਿਉਂਕਿ ਇੱਕੋ ਇੱਕ ਜਿਹੜੀ ਕਮੇਟੀ ਹੈ ਦਿੱਲੀ ਗੁਰਦੁਆਰਾ ਕਮੇਟੀ ਆ, ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜਿਹੜੀ ਹੱਕ ਦੇ ਵਿੱਚ ਆਈ ਹੈ, ਅਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕਿ ਕੀ ਕਹਿਣਾ ਇਹਨਾਂ ਦਾ, ਕੀ ਕਿਸ ਤਰ੍ਹਾਂ ਦੇਖਦੇ ਨੇ ਉਹ ਸਾਰੇ ਮਾਹੌਲ ਨੂੰ, ਜਿਹੜਾ ਇਹ ਜਿਹੜਾ ਕੱਲ੍ਹ ਦਾ ਜਿਹੜਾ ਇੱਕ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਇੱਕ ਚੱਲ ਰਿਹਾ ਚੱਕਰ ਵੀ ਚੱਲ ਰਿਹਾ, ਕੀ ਹੈ ਇਹਦੇ ਪਿੱਛੇ, ਆਪਾਂ ਗੱਲਬਾਤ ਕਰ ਲਾਂਗੇ। ਬਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਲਗਾਤਾਰ ਦਿਖ ਰਹੀ ਆ ਕਿ ਭਾਈ ਇੱਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਪਹਿਲਾਂ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ, ਤੇ ਬਾਅਦ ਵਿੱਚ ਭੰਗੋੜਾ ਕਰਾਰ ਦਿੱਤਾ ਗਿਆ, ਕੀ ਕਹੋਗੇ ਜੀ, ਤੁਹਾਨੂੰ ਕੋਈ ਜਾਣਕਾਰੀ ਹੋਵੇ? ਦੇਖੋ, ਪਹਿਲੇ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਨੇ ਜਿਹੜੀ ਵੀ ਕਾਰਵਾਈ ਕੀਤੀ ਹੈ ਉਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈਗੀ ਹੈ, ਜਾਂ ਜਿਸ ਤਰੀਕੇ ਹਲੇ ਤੱਕ ਜਿਹੜੀਆਂ ਜਾਣਕਾਰੀਆਂ ਉਹ ਜਨਤਕ ਤੌਰ ਤੇ ਸਾਂਝੀਆਂ ਨਹੀਂ ਕੀਤੀਆਂ ਜਾ ਰਹੀਆਂ। ਕੱਲ ਦੀਆਂ ਪੂਰੇ ਪੰਜਾਬ ਦੇ ਵਿੱਚ ਨੈੱਟ ਦੀਆਂ ਸੇਵਾਵਾਂ ਬੰਦ ਹੈਗੀਆਂ, ਕੋਈ ਵੀ ਗੱਲ ਜਿਹੜੀ ਹੈ ਇਸ ਗੱਲ ਦੀ ਸਾਂਝ ਨਹੀਂ ਪਾ ਰਿਹਾ, ਸਰਕਾਰ ਵੱਲੋਂ ਕੋਈ ਅਪਡੇਟ ਨਹੀਂ ਦਿੱਤਾ ਜਾ ਰਿਹਾ, ਔਰ ਜਿੱਥੋਂ ਤੱਕ ਮੈਂ ਕਹਿ ਸਕਦਾ ਕਿ ਕੰਮ ਕਾਜ ਤੋਂ ਵੀ ਲੋਕ ਪ੍ਰਭਾਵਿਤ ਹੋ ਰਹੇ ਆ, ਜਿਸ ਤਰੀਕੇ ਇੰਟਰਨੈਟ ਸੇਵਾਵਾਂ ਬੰਦ ਹੈਗੀਆਂ। ਤੋ ਅੰਮ੍ਰਿਤਪਾਲ ਦੀ ਜਿਹੜੀ ਗੱਲ ਹੈ, ਅਖਬਾਰਾਂ ਦੇ ਰਾਹੀਂ ਜੋ ਹਲੇ ਤੱਕ ਪਤਾ ਲੱਗ ਰਿਹਾ ਕਿ ਘੇਰਾਬੰਦੀ ਕੀਤੀ ਗਈ ਹੈ, ਲੇਕਿਨ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ, ਮੇਰਾ ਖਿਆਲ ਹੈ ਕਿ ਇਹਦੇ ਪਿੱਛੇ ਕੋਈ ਨਾ ਕੋਈ ਸਰਕਾਰ ਦਾ ਵਿਜ਼ਨ ਏਜੰਡਾ ਲੱਗਦਾ ਹੈ ਕਿ ਸਰਕਾਰ 24 ਘੰਟੇ ਦੇ ਬਾਅਦ ਵੀ ਹਲੇ ਤੱਕ ਕੋਈ ਸਾਂਝੀ ਜਾਣਕਾਰੀ ਜਿਹੜੀ ਜਦ ਤੱਕ ਨਹੀਂ ਕੀਤੀ ਹੈ। ਬਾਰਸਾ ਇੱਥੇ ਇੱਕ ਗੱਲ ਜਿਹੜੀ ਬਣਦੀ ਹੈ, ਜਿਹੜੀ ਕਿਹਾ ਜਾਂਦਾ ਕਿ ਉਹਨਾਂ ਦੇ 78 ਸਾਥੀ ਗ੍ਰਿਫਤਾਰ ਕਰ ਲਏ ਗਏ ਨੇ, ਜਿਹੜੇ ਉਹਨਾਂ ਦੇ ਨਾਲ ਸੀਗੇ ਉਹ ਵੀ ਗ੍ਰਿਫਤਾਰ ਹੋ ਗਏ, ਫਿਰ ਇਹ ਕਿਵੇਂ ਸੰਭਵ ਹੋ ਸਕਦਾ ਕਿ ਇੱਕ ਜਿਹੜਾ ਸ਼ਖਸ ਆ ਉਹ ਪੁਲਿਸ ਦੀ ਗ੍ਰਿਫਤ ਵਿੱਚੋਂ ਨਿਕਲ ਜਾਂਦਾ, ਇਹ ਕਿਵੇਂ ਸੰਭਵ ਹੋ ਸਕਦਾ, ਕੋਈ ਹੈ ਆਸ ਤੁਹਾਨੂੰ ਇੱਦਾਂ ਹੋ ਸਕਦਾ ਹੋਵੇ? ਦੇਖੋ, ਗੱਲ ਇਹ ਹੈ ਵੀ ਜਿਸ ਤਰੀਕੇ ਦਾ ਅਮਲਾ ਜੋ ਫੋਟੋਆਂ ਦੇ ਰਾਹੀਂ ਦੇਖਿਆ ਗਿਆ, ਸਰਕਾਰ ਨੇ ਪੂਰੀ ਜ਼ੋਰ ਦੇ ਨਾਲ ਜਿਹੜੀ ਹੈ ਇਸ ਗੱਲ ਦੀ ਕਾਰਵਾਈ ਵਾਸਤੇ ਆਪਣਾ ਫੈਸਲਾ ਕੀਤਾ, ਔਰ 78 ਲੋਕਾਂ ਨੂੰ ਗ੍ਰਿਫਤਾਰ ਕਰਨਾ, ਉਹ 78 ਲੋਕ ਕਿਹੜੇ ਲੋਕ ਨੇ, ਉਹਨਾਂ ਵਿੱਚ ਆਮ ਲੋਕ ਵੀ ਹੈਗੇ ਆ ਜਾਂ ਸਾਰੇ ਹੀ ਅੰਮ੍ਰਿਤਪਾਲ ਦੇ ਸਮਰਥਕ ਹੈਗੇ ਆ, ਲੇਕਿਨ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਪੈਦਾ ਕਰਦਾ ਪੰਜਾਬ ਸਰਕਾਰ ਦੀ ਕਾਰਵਾਈ ਦੇ ਉੱਤੇ ਕਿ 24 ਘੰਟੇ ਦੇ ਵਿੱਚ ਵੀ ਅਗਰ ਜੀ ਜੀ ਫੋਨ ਉਹਨਾਂ ਦਾ ਕੱਟ ਗਿਆ, ਮੈਂ ਦੁਬਾਰੇ ਫੋਨ ਲਵਾਂਗਾ, ਕਿਉਂਕਿ ਵੱਡੀ ਜਿਹੜੀ ਅਪਡੇਟ ਜਿਹੜੀ ਆ ਉਹ ਦੱਸ ਰਹੇ ਸੀਗੇ ਕਿ ਕਿਤੇ ਨਾ ਕਿਤੇ ਖਾਦਸਾ ਜ਼ਰੂਰ ਜਿਤਾ ਰਹੇ ਨੇ ਕਿ ਕਿਉਂ ਅਜਿਹਾ ਹੋਇਆ, ਉਹ ਖਾਦਸਾ ਜ਼ਰੂਰ ਜਿਤਾ ਰਹੇ ਨੇ, ਆਪਾਂ ਗੱਲਬਾਤ ਕਰਨ ਦੀ ਫਿਰ ਕੋਸ਼ਿਸ਼ ਕਰਦੇ ਹਾਂ। ਬਾਠ ਸਾਹਿਬ ਦਾ ਫੋਨ ਕੱਟ ਗਿਆ ਸੀ, ਫੋਨ ਲਗਾ ਕੇ ਫਿਰ ਦੇਖਦੇ ਹਾਂ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਤੇ ਨਾ ਕਿਤੇ ਇੰਟਰਨੈਟ ਬੰਦ ਹੋਣ ਦੇ ਨਾਲ ਸੇਵਾਵਾਂ ਜ਼ਰੂਰ ਠੱਪ ਹੋਈਆਂ ਨੇ। ਬਾਠ ਸਾਹਿਬ ਫੋਨ ਕੱਟਿਆ ਗਿਆ ਸੀ, ਤੁਹਾਡੀ ਗੱਲ ਵਿੱਚ ਰਹਿ ਗਈ ਸੀ।
ਸੋ ਮੇਰਾ ਕੀ ਕਹਿਣਾ ਕਿ ਸਰਕਾਰ ਦੇ 24 ਘੰਟੇ ਬਾਅਦ ਵੀ ਇਸ ਗੱਲ ਦੀ ਜਾਣਕਾਰੀ ਜਿਹੜੀ ਪੰਜਾਬ ਦੇ ਲੋਕਾਂ ਨੂੰ ਜਾਂ ਦੇਸ਼ ਦੇ ਲੋਕਾਂ ਨੂੰ ਨਹੀਂ ਦੇ ਸਕਦੀ ਤੇ ਇਹਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੈ ਜਾਂ ਸਰਕਾਰ ਅਸਫਲ ਰਹੀ ਹੈ ਜਾਂ ਸਫਲ ਰਹੀ ਹੈ ਭਾਈ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦੇ ਪਿੱਛੇ ਇਹਦੇ 'ਚ ਸਰਕਾਰੀ ਤੌਰ ਤੇ ਹਲੇ ਤੱਕ ਮੇਰਾ ਖਿਆਲ ਹੈ ਕੋਈ ਵੀ ਸਰਕਾਰ ਵੱਲੋਂ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਤੇ ਹੋਰ ਜਥੇਬੰਦੀਆਂ ਦਾ ਸਾਹਮਣੇ ਨਾ ਆਣਾ ਜਾਂ ਹੱਕ ਦੇ ਵਿੱਚ ਨਾ ਆਣਾ ਕੀ ਸਮਝਦੇ ਹੋ? ਦੇਖੋ ਮੈਂ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਜੋ ਦੁਖਾਂਤ 80 ਦੇ ਦਸ਼ਕ ਦੇ ਵਿੱਚ ਦੇਖਿਆ ਜਾਂ ਜਿਸ ਤਰੀਕੇ ਉਦੋਂ ਦਾ ਮਾਹੌਲ ਬਣਿਆ, ਦਹਿਸ਼ਤ ਦਾ ਮਾਹੌਲ ਬਣਿਆ, ਅੱਜ ਕਿਤੇ ਨਾ ਕਿਤੇ ਮੈਂ ਇੱਕ ਗੱਲ ਦੀ ਤਾਂ ਸ਼ਲਾਘਾ ਕਰਾਂਗਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੀ ਵਾਰਸ ਪੰਜਾਬ ਦੇ ਜਥੇਬੰਦੀ ਬਣਾ ਕੇ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਜੋ ਨਸ਼ਿਆਂ ਦੇ ਖਿਲਾਫ ਉਹਨਾਂ ਨੇ ਲੜਾਈ ਲੜਨ ਦੀ ਜਿਹੜੀ ਘੋਸ਼ਣਾ ਕੀਤੀ ਸੀ ਔਰ ਉਹਦੇ ਵਿੱਚ ਉਹਨਾਂ ਨੇ ਖਾਲਸਾ ਵੀਰ ਵੀ ਚਲਾਈ, ਬਹੁਤ ਸਾਰੇ ਲੋਕਾਂ ਨੂੰ ਨਸ਼ਾ ਛੁਡਵਾ ਕੇ ਬਾਣੀ ਔਰ ਬਾਣੇ ਨਾਲ ਜੋੜਿਆ, ਇਸ ਗੱਲ ਦੀ ਮੈਂ ਸ਼ਲਾਘਾ ਕਰਦਾ ਕਿ ਅੱਜ ਪੰਜਾਬ ਨੂੰ ਲੋੜ ਹੈਗੀ ਹੈ ਨਸ਼ਿਆਂ ਤੋਂ ਮੁਕਤ ਕਰਾਉਣ ਦੀ। ਉਹੀ ਰੰਗਲਾ ਪੰਜਾਬ ਜਿਹੜਾ ਪੰਜਾਬ ਕਿਸੇ ਵੇਲੇ ਖੇਡਾਂ ਦੇ ਖੇਤਰ ਦੇ ਵਿੱਚ ਮੱਲਾ ਮਾਰਦਾ ਸੀਗਾ, ਲੇਕਿਨ ਅੱਜ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਛੋਟਾ ਭਰਾ ਹਰਿਆਣਾ ਹੈ ਉਹ ਖੇਡ ਵਾਰ ਵਾਰ ਜਿਹੜਾ ਫੋਨ ਕੱਟਿਆ ਜਾ ਰਿਹਾ ਬਾਟ ਸਾਹਿਬ ਦਾ, ਤੇ ਜਿਹੜੀ ਵੱਡੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਜਿਹੜਾ ਪੰਜਾਬ ਸੀ ਆਪਣਾ ਪੰਜਾਬ ਜਿਹੜਾ ਉਹ ਖੇਡਾਂ ਦੇ ਖੇਤਰ ਹੋਵੇ ਚਾਹੇ ਆਪਣਾ ਕਿਸੇ ਵੀ ਕਲਚਰ ਦੀ ਗੱਲ ਕਰ ਲਈਏ ਹੋਵੇ ਤਾਂ ਵੱਡੀਆਂ ਮੱਲਾਂ ਮਾਰਦਾ ਸੀ, ਪਰ ਅੱਜ ਪੰਜਾਬ ਕਿਸ ਤਰ੍ਹਾਂ ਜਿਹੜਾ ਇਹ ਇੱਕ ਹੋਰ ਦੌਰ ਦੇ ਵੱਲ ਜਿਹੜਾ ਗੁਜ਼ਰ ਰਿਹਾ ਅਤੇ ਕਿਤੇ ਨਾ ਕਿਤੇ ਖਾਸਾ ਜਿਹੜਾ ਉਹ ਜਿਤਾ ਰਹੇ ਨੇ ਕਿ 80 ਵਾਲਾ ਦਸਤਕ ਦਾ ਖਾਤਾ ਜਿਹੜਾ ਆਪਾਂ ਗੱਲਬਾਤ ਕਰ ਲੈਂਦੇ ਹਾਂ ਫਿਰ ਉਹਨਾਂ ਦੇ ਨਾਲ, ਕਿਉਂ ਵਾਰ ਵਾਰ ਉਹਨਾਂ ਦਾ ਫੋਨ ਕੱਟਿਆ ਜਾ ਰਿਹਾ? ਕਿਉਂਕਿ ਗੱਲ ਬੜੀ ਇੰਪੋਰਟੈਂਟ ਹੈ, ਗੱਲ ਦਰਸ਼ਕਾਂ ਦੇ ਸਾਹਮਣੇ ਰੱਖਣੀ ਜ਼ਰੂਰ ਰੱਖਣੀ ਬਣਦੀ ਹੈ ਕਿ ਕਿਉਂ ਅਜਿਹੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ, ਇਹ ਆਖਿਰਕਾਰ ਸਰਕਾਰ ਦੀ ਮਨਸਾ ਕੀ ਹੈ ਇਸ ਚੀਜ਼ ਦੇ ਪਿੱਛੇ, ਆਪਾਂ ਸਭ ਚੀਜ਼ਾਂ ਉਹ ਸੁਣਨਾ ਚਾਹਾਂਗੇ। ਬਾਟ ਸਾਹਿਬ ਵਾਰ ਵਾਰ ਫੋਨ ਕੱਟ ਹੋ ਰਿਹਾ ਤੁਹਾਡਾ ਜੀ, ਟੈਲੀਫੋਨ ਕੱਟ ਹੋ ਰਿਹਾ, ਮੈਂ ਵੀ ਬਾਹਰ ਆ ਗਿਆ, ਸ਼ਾਇਦ ਸਿਗਨਲ ਦੀ ਪ੍ਰੋਬਲਮ ਹੋਵੇ। ਸੋ ਮੇਰਾ ਇਹ ਕਹਿਣਾ, ਦੇਖੋ ਜਿੱਥੋਂ ਤੱਕ ਨਸ਼ਿਆਂ ਤੋਂ ਮੁਕਤ ਕਰਾਉਣ ਦੀ ਗੱਲ ਹੈ ਉਹਦੇ ਵਾਸਤੇ ਜੋ ਵੀ ਮੁਹਿੰਮ ਉਹਨਾਂ ਵੱਲੋਂ ਵਿੰਢੀ ਗਈ ਸੀ ਉਹਦੀ ਅਸੀਂ ਸ਼ਲਾਘਾ ਕਰਦੇ ਹਾਂ, ਲੇਕਿਨ ਲਾਅ ਐਂਡ ਆਰਡਰ ਨੂੰ ਲੈ ਕੇ ਜਿਸ ਤਰੀਕੇ ਦਾ ਵਾਤਾਵਰਨ ਪੰਜਾਬ ਦੇ ਵਿੱਚ ਬਣਦਾ ਜਾ ਰਿਹਾ, ਸਰਕਾਰ ਨੂੰ ਨਿਸ਼ਚਿਤ ਤੌਰ ਤੇ ਜਿਹੜੇ ਮਾਹੌਲ ਨੂੰ ਖਰਾਬ ਕਰਨ ਵਾਲੇ ਐਲੀਮੈਂਟ ਹੈ ਜਾਂ ਲੋਕ ਹੈ ਉਹਨਾਂ ਦੇ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਔਰ ਅੰਮ੍ਰਿਤਪਾਲ ਦੀ ਜਿੱਥੋਂ ਤੱਕ ਮੈਂ ਗੱਲ ਕਰਾਂ, ਉਹਨਾਂ ਦੀ ਜਿਹੜੀ ਮੁਹਿੰਮ ਸੀਗੀ ਜੋ ਪੰਜਾਬ ਨੂੰ ਪਟੜੀ ਤੇ ਲਿਆਉਣ ਵਾਸਤੇ ਨਸ਼ਿਆਂ ਤੋਂ ਮੁਕਤ ਕਰਾਉਣ ਵਾਸਤੇ, ਉਹਦੇ ਕਰਕੇ ਲੋਕੀ ਉਹਨਾਂ ਦੇ ਨਾਲ ਬਹੁਤ ਸਾਰੀ ਗਿਣਤੀ ਦੇ ਵਿੱਚ ਜੁੜੇ ਵੀ, ਲੇਕਿਨ ਅਜਨਾਲੇ ਜੋ ਇੰਸੀਡੈਂਟ ਵਾਪਰਿਆ ਉਹਦੀ ਮੈਂ ਵੀ ਨਿੰਦਾ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਸ ਤਰੀਕੇ ਥਾਣਿਆਂ 'ਚ ਲਿਜਾਣਾ ਇਹ ਕਿਤੇ ਨਾ ਕਿਤੇ ਆਪਣੇ ਆਪ 'ਚ ਇੱਕ ਬੇਅਦਬੀ ਹੈਗੀ ਆ, ਲੇਕਿਨ ਸਰਕਾਰ ਦਾ ਕੀ ਏਜੰਡਾ ਹੈ, ਸਰਕਾਰ ਇੰਨੇ ਦਿਨਾਂ ਬਾਅਦ ਕਾਰਵਾਈ ਕਿਸ ਗੱਲ ਨੂੰ ਲੈ ਕੇ ਇਹ ਜਿਹੜੀ FIR ਕੀਤੀ ਗਈ ਆ ਉਹਨਾਂ ਨੂੰ ਗ੍ਰਿਫਤਾਰੀ ਵਾਸਤੇ ਇੰਨਾ ਅਮਲਾ ਜਿਹੜਾ ਭੇਜਿਆ ਗਿਆ, ਇਹਦਾ ਜਵਾਬ ਤਾਂ ਮੇਰਾ ਖਿਆਲ ਹੈ ਸਰਕਾਰ ਦੇ ਸਕਦੀ ਹੈ। ਬਾਟ ਸਾਹਿਬ ਕੀ ਲੱਗਦਾ ਫਿਰ ਜਿਵੇਂ ਗ੍ਰਿਫਤਾਰੀ ਕਰਨ ਦੇ ਲਈ ਜਿਸ ਤਰ੍ਹਾਂ ਗੱਡੀਆਂ ਨੇ ਘੇਰਾ ਪਾਇਆ, ਘੇਰਾਬੰਦੀ ਕੀਤੀ, ਕਿ ਜਦੋਂ ਪਰਚਾ ਦਰਜ ਹੋ ਗਿਆ ਸੀ ਕਿ ਘਰੇ ਗ੍ਰਿਫਤਾਰ ਨਹੀਂ ਸੀ ਕੀਤਾ ਜਾ ਸਕਦਾ ਕਿਉਂਕਿ ਪੁਲਿਸ ਦਾ ਕਿਸੇ ਵੀ ਸਮੇਂ ਜਾ ਕੇ ਕਿਤੇ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਦੋਂ ਪਰਚਾ ਹੋ ਗਿਆ? ਨਹੀਂ, ਮੇਰਾ ਤਾਂ ਇੱਕ ਗੱਲ ਕਹਿਣੀ ਹੈ ਕਿ ਜੇ ਇਸ ਤਰੀਕੇ ਦੀ ਸਰਕਾਰ ਨੇ ਕੋਈ FIR ਕੀਤੀ ਭਾਈ ਅੰਮ੍ਰਿਤਪਾਲ ਨੂੰ ਵੀ, ਅਗਰ ਉਹਨਾਂ ਦੀ ਨੀਅਤ ਸਾਫ਼ ਹੈਗੀ ਹੈ ਜਾਂ ਉਹ ਦੇਸ਼ ਦੇ ਨਾਲ ਪਿਆਰ ਕਰਦੇ ਆ, ਪੰਜਾਬ ਦੇ ਲੋਕਾਂ ਦੇ ਨਾਲ ਪਿਆਰ ਕਰਦੇ ਆ ਔਰ ਦੇਸ਼ ਦੇ ਕਾਨੂੰਨ ਦੇ ਵਿੱਚ ਵਿਸ਼ਵਾਸ ਕਰਦੇ ਆ, ਉਹਨਾਂ ਨੂੰ ਖੁਦ ਜਾ ਕੇ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਸੀ। ਔਰ ਸਰਕਾਰ ਜਿਹੜੀ ਆ ਅਗਰ ਸਫਲ ਰਹੀ ਹੈ, ਅਸਫਲ ਰਹੀ ਹੈ ਪਿਛਲੇ 24 ਘੰਟਿਆਂ ਦੇ ਵਿੱਚ, ਤੇ ਸਰਕਾਰ ਦਾ ਕੀ ਏਜੰਡਾ ਹੈ ਜਾਂ ਸਰਕਾਰ ਇਸ ਜਾਣਕਾਰੀ ਨੂੰ ਲੋਕਾਂ ਦੇ ਕੋਲ ਛੁਪਾਉਣਾ ਚਾਹੁੰਦੀ ਹੈ, ਇਹਦਾ ਜਵਾਬ ਜਿਹੜਾ ਸਰਕਾਰ ਨੂੰ ਦੇਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ। ਬਾਟ ਸਾਹਿਬ ਇੱਕ ਲਾਟ ਸਵਾਲ ਤੁਹਾਨੂੰ ਹੋ ਰਿਹਾ ਕਿ ਸੰਭਵ ਹੈ ਅਜਿਹਾ ਕਿ ਇੱਕ ਵਿਅਕਤੀ ਜਦੋਂ ਦੇ ਸਾਰੇ ਸਾਥੀ ਗ੍ਰਿਫਤਾਰ ਹੋ ਜਾਏ ਕਿ ਪੁਲਿਸ ਦੇ ਚੱਕਰਵਿੱਧ ਵਿੱਚੋਂ ਇਸ ਤਰ੍ਹਾਂ ਨਿਕਲ ਜਾਵੇ? ਦੇਖੋ ਕਿਤੇ ਨਾ ਕਿਤੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਜਾਂ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲੀਆ ਨਿਸ਼ਾਨ ਤਾਂ ਜ਼ਰੂਰ ਬਣਦਾ ਹੈ ਕਿ ਐਡੀ ਵੱਡੀ ਅਮਲੇ ਦੇ ਨਾਲ ਵੀ ਅਗਰ ਕੋਈ ਬੰਦਾ ਪੁਲਿਸ ਦੀ ਗ੍ਰਿਫਤ 'ਚ ਨਹੀਂ ਆਉਂਦਾ ਤਾਂ ਇਹ ਆਪਣੇ ਆਪ 'ਤੇ ਸਵਾਲ ਹੈ, ਪੁਲਿਸ ਦੀ ਵੀ ਕਾਰਜਸ਼ੈਲੀ ਦੇ ਉੱਤੇ ਸਵਾਲ ਹੈ, ਸਰਕਾਰ ਦੀ ਮਨਸ਼ਾ ਦੇ ਉੱਤੇ ਵੀ ਸਵਾਲ ਹੈ। ਸੋ ਇਹ ਆਉਣ ਵਾਲਾ ਸਮਾਂ ਦੱਸੇਗਾ। ਮੈਂ ਸਮਝਦਾ ਕਿ ਸਰਕਾਰ ਨੂੰ ਤੁਰੰਤ ਇਹਦੇ ਉੱਤੇ ਬਿਆਨ ਦੇਣਾ ਚਾਹੀਦਾ ਕਿ ਅੱਜ ਦਾ ਮੌਜੂਦਾ ਸਟੇਟਸ ਕੀ ਹੈਗਾ ਹੈ, ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਜੇ ਗ੍ਰਿਫਤਾਰੀ ਹੋਈ ਹੈ ਤਾਂ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਹੈ ਤੇ ਕਿਸ ਕਿਹਨਾਂ ਧਾਰਾਵਾਂ ਦੇ ਅੰਤਰਗਤ ਉਹਨਾਂ ਦੀ ਗ੍ਰਿਫਤਾਰੀ ਕੀਤੀ ਹੈ,
सामने आना चाहिए खुल के जिवें तुहाडी जिवें कमेटी सामने आई है। देखो मैनू दिल्ली कमेटी ने की बयान दिता मैनू इस गल की अभी कोई जानकारी नहीं हैगी, लेकिन मैं ये जरूर कहना चाहांगा कि देश के विच अगर देश की कानून व्यवस्था के नाल कोई भी व्यक्ति खिलवाड़ करता है तो कोई भी जथेबंदी, क्योंकि पंजाब के लोगों की अगर मैं गल करा पंजाब के लोग वो दुखांत नहीं देखना चाहते जिहड़ा 80 दशक के विच देखिया है। सो पंजाब के लोग आपसी भाईचारे के नाल अमन कानून व्यवस्था के नाल चंगे ढंग के नाल सुरक्षित जीवन जिहड़ा अपना पंजाब दे विच बतीत करना चाहते हैं। और जिते तक मैं समझदा कि शायद कुछ कंट्रोवर्शियल बयान करके या जिस तरीके की अजनाले की कार्रवाई हुई है उसके करके जिहड़े पंजाब दे लोग सामने नहीं आ रहे। और मैं ये भी कहना चाहांगा कि जिस तरीके उन्होंने अपने साथी को छुड़वाया उत्तों अजनाले तो वो भी पंजाब सरकार की कार्यशैली के उत्ते सवाल खड़ा करदा कि अगर उन्होंने कोई साथी निर्दोष पुलिस ने चुकया और वो बाद छड़ भी दिता गया तो यह भी अपने आप के एक सवाल है। मैं समझदा कि कितने ना कि एजेंसियां जां पंजाब सरकार खुद भी पंजाब के लोगों को जिहड़ा सुरक्षित जीवन जिहड़ा वो नहीं देना चाहती है। और जिस तरीके का लॉ एंड ऑर्डर पंजाब दे विच बिगड़िया होया सीधे तौर पर पंजाब सरकार जिहड़ी भगवंत मान की सरकार है उसके वास्ते जिम्मेवार है। फिर जिहड़ी पैरामिलिट्री फोर्स होले महल्ले दौरान जिहड़ी लियांदी गई सी कि लगदा फिर पूरा पहले ही पुस्की बनाया गया सी पूरा चक्कर भी रचिया गया सी। पैरामिलिट्री फोर्स जिहड़ियां समें समें ते सरकारां वल्लों मंग कीती जांदी है। और जदों मैनूं लगदा कि पंजाब सरकार एक किस्म तों फेल ही हो गई लॉ एंड ऑर्डर के मामले के उत्ते एक साल के विच जिस तरीके का माहौल बनिया और उन्होंने अगर केंद्र तों मंग कीती है कोई मुख्यमंत्री केंद्र तों मंग करदा है तो निश्चित तौर पर जिहड़ा केंद्र सरकार पैरामिलिट्री फोर्सेज पहलां भी आउंदियां रहियां है या जदों भी कोई पंजाब दे विच कोई इलैक्शन आउंदे आ उदों भी पैरामिलिट्री फोर्सेज आउंदियां ते जे कोई मंग कीती मुख्यमंत्री ने तो शायद केंद्र ने वो भेज दिती होवे। ठीक है जी, धन्यवाद जी, बहुत मेहरबानी। तो यह सन कुलवंत सिंह बाठ सबका प्रधान ने दिल्ली मैनेजमेंट गुरुद्वारा कमेटी के तो जिन्हें गलबात आप की भाई अमृतपाल सिंह खालसा को लैके। पर दूजे पास जगह गल की जाए जिमें इंटरनेट सेवावान जी बंद कर दी गई ने इंटरनेट बंद कि प्रभाव जरूर पै रहा आम जनता के उत्ते क्योंकि आम जनता का कसूर की है ये दसना पेगा सरकार क्योंकि सरकार सिर्फ एक चीज़ के उत्ते फोकस करने के लिए आप दूजे आप तंग नहीं कर सकते जिस तरह इंटरनेट सेवावान बंद हो गए होर चीज़ों के उत्ते जोड़ा एक सवाल जो खड़ा हो गया है पंजाब सरकार के उत्ते सवाल खड़ा हो गया है कि एक व्यक्ति किमें सरकार के चुंगल के सरकार के सिकंजे किमें निकल सकता है तो कितना कि इस पर्दे के पिछे कि कहानी है वह तो आने वाले दिन ही दसन गए। पर आप इतने एक बेनती जरूर करा कि हरेक न्यूज़ चैनल वाले भी बेनती करा कि आप सिर्फ सच्चाई दिखाने की कोशिश करिए अफवाह अफवाहों तो बचिए क्योंकि पंजाब का जोड़ा माहौल है इसनों आप चंगे पासे लैके चलीए माड़े पास माहौल जोड़ा लैके जाने की जी कोशिश की जा रही है कुछ लोगों के वलों कुछ क अजे लोग शरारती लोगों के वलों जोड़े झूठिया अफवाह फैला रहे हैं टीवी के उत्ते सोशल मीडिया के उत्ते उन्हों तो अपन सुचेत जोड़ा रहने की लड़ है। अपने जोगी अमन दिरा भगवान सिंह मटौर फैक्ट न्यूज श्री आनंदपुर साहब। तुहानू जान के खुशी होगी कि तुहाडे अपने शहर नंगल दे विच अमोल कालिया पार्क दे लागे आर के हस्पताल दे विच 24 घंटे माहिर डाक्टरां दी देखरेख दे विच सेहत सुविधावां दित्तियां जा रही हैं जिस दे विच मेडिसिन ओपीडी गायनी ओपीडी बेऔलाद जोड़ियां दे लई शर्तिया इलाज नॉर्मल अते सिजेरियन डिलीवरी ਅਤੇ ਹਰ ਤਰ੍ਹਾਂ ਦੇ ਆਪਰੇਸ਼ਨ ਦੂਰਬੀਨ ਦੇ ਮਾਧਿਅਮ ਨਾਲ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਸਾਰੇ ਤਰ੍ਹਾਂ ਦੇ ਹੈਲਥ ਕਾਰਡ ਵੀ ਇੱਥੇ ਚੱਲਦੇ ਹਨ। ਸਭ ਤੋਂ ਵੱਡੀ ਗੱਲ ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਅਤੇ ਦਾਖਲੇ ਦੇ ਲਈ 0% ਇੰਟਰਸਟ ਰੇਟ ਉੱਤੇ ਲੋਨ ਵੀ ਉਪਲਬਧ ਕਰਵਾਇਆ ਜਾਂਦਾ ਹੈ। 24 ਘੰਟੇ ਦੀ ਸੁਵਿਧਾ ਦੇ ਨਾਲ ਹਸਪਤਾਲ ਦੇ ਵਿੱਚ ਹੀ ਫਾਰਮੇਸੀ ਅਤੇ ਲੈਬੋਰਟਰੀ ਵੀ ਮੌਜੂਦ ਹਨ।